ਰੋਪੜ ਦੀ ਪੁਲਿਸ ਵੱਲੋਂ ਇੰਟਰ ਗੈਂਗ ਦੁਸ਼ਮਣੀ ਕਾਰਨ ਇੱਕ ਹੋਰ ਗੈਂਗਸਟਰ ਰੋਪੜ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਏ। ਪੁਲਿਸ ਦੇ ਵੱਲੋਂ ਸੋਮਵਾਰ ਨੂੰ ਲਏ ਗਏ ਐਕਸ਼ਨ ਕਾਰਨ ਸਿਕੰਦਰ ਮਾਨਸੀ ਗਰੁੱਪ ਦੇ ਹੁਣ ਸਾਰੇ 9 ਮੈਂਬਰ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਹੋ ਗਏ ਨੇ। ਦੱਸਣਯੋਗ ਹੈ ਕਿ ਮੰਨਾ ਇਸ ਖੇਤਰ ਵਿੱਚ ਕਾਫੀ ਸਰਗਰਮੀ ਦੇ ਨਾਲ ਘੁੰਮ ਰਿਹਾ ਸੀ ਅਤੇ ਰੋਪੜ ਜੇਲ੍ਹ ਵਿੱਚ ਬੰਦ ਆਪਣੇ ਕੱਟੜ ਵਿਰੋਧੀ ਜੱਗੂ ਅਦਾਲਤ ਦੀਆਂ ਤਰੀਖਾਂ ਜੋ ਕਿ ਭੁਗਤ ਰਿਹਾ ਸੀ ਉਸ ਨੂੰ ਮਾਰਨ ਦੀ ਫਿਰਾਕ ਵਿੱਚ ਸੀ। ਦੁਸ਼ਮਣੀ ਦੇ ਚੱਕਰ ਦੀ ਸਾਰਾ ਕੁਝ ਕਿਧਰਾਂ ਦੁਸ਼ਮਣੀ ਆ ਸਰ ਜੱਗੀ। ਅੱਛਾ ਨਹੀਂ ਇੱਥੇ ਰੋਪੜ ਫਿਰ ਕੀ ਪਲੈਨ ਸੀਗਾ ਸਰ? ਇੱਥੇ ਤੇ ਅਸਲਾ ਸੀ ਮੇਰੇ ਕੋਲ ਪੁਰਾਣਾ, ਉਹੀ ਉਹਦੇ ਨਾਲ ਹੀ ਆਪਣੇ ਯਾਰ ਦੋਸਤ ਦੇ ਨਾਲ ਹੀ ਆਇਆ ਸੀਗਾ, ਉਹ ਮੈਨੂੰ ਛੱਡ ਕੇ ਭੱਜ ਗਿਆ। ਅੱਛਾ ਇਹ ਕੋਈ ਅਗਲਾ ਪਲੈਨ ਵੀ ਸੀਗਾ ਕੋਈ ਕਿਸ ਤਰ੍ਹਾਂ? ਨਹੀਂ ਨਹੀਂ ਸਰ। ਦੱਸ ਦਈਏ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਰੋਪੜ ਪੁਲਿਸ ਦੇ ਵੱਲੋਂ 6 ਖਤਰਨਾਕ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਰੋਪੜ ਪੁਲਿਸ ਵੱਲੋਂ ਸੋਮਵਾਰ ਸਵੇਰ ਨੂੰ ਤਰਨ ਤਾਰਨ ਸ਼ਹਿਰ ਦੇ ਮਨਦੀਪ ਉਰਫ ਮੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਿਕੰਦਰ ਸੰਮੀ ਸਮੂਹ ਦਾ ਇੱਕੋ ਇੱਕ ਮੈਂਬਰ ਸੀ ਜੋ ਭੱਜਿਆ ਹੋਇਆ ਸੀ ਅਤੇ ਹੁਣ ਪੁਲਿਸ ਦੇ ਹੱਥੇ ਚੜ ਗਿਆ ਹੈ। ਸੀਆਈ ਦੀ ਟੀਮ ਜਿਹੜੀ ਹੈ ਰੋਪੜ ਪੁਲਿਸ ਦੀ, ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀਗੀ ਕਿ ਮਨਦੀਪ ਮੰਨਾ ਜਿਹੜਾ ਤਰਨ ਤਾਰਨ ਦਾ ਰਹਿਣ ਵਾਲਾ ਹੈ, ਸਾਂਸੀ ਗਰੁੱਪ ਦਾ ਐਕਟਿਵ ਮੈਂਬਰ ਸੀਗਾ, ਇਹ ਬਾਹਰ ਹੈ ਅਤੇ ਰੇਕੀ ਵਗੈਰਾ ਕਰ ਰਿਹਾ ਹੈ ਰੋਪੜ 'ਚ, ਕਿਉਂਕਿ ਇੱਥੇ ਜੱਗੂ ਬਾਬਲਪੁਰੀਆ ਜਿਹੜਾ ਉਹ ਬੰਦ ਸੀਗਾ ਹਾਲੇ ਤੱਕ, ਹੁਣ ਤਾਂ ਸ਼ਿਫਟ ਹੋ ਗਿਆ ਉਹ, ਅਤੇ ਇਹਨਾਂ ਦੀ ਗੈਂਗ ਰਾਈਵਲਰੀ ਸੀਗੀ ਉਹਨਾਂ ਨਾਲ ਆਪਸ 'ਚ, ਗੋਲੀਬਾਜ਼ੀ ਵੀ ਕਾਫੀ ਇਹਨਾਂ ਨੇ ਪਿਛਲੇ ਕੁਛ ਸਾਲਾਂ ਤੋਂ ਆਪਸ 'ਚ ਇਹਨਾਂ ਦੀ ਲੜਾਈ ਵੀ ਹੋਈ ਹੈ, 2-3 ਲੋਕ ਮਾਰੇ ਵੀ ਗਏ ਇਹਨਾਂ ਨੇ, ਅਤੇ ਆਰਮਸ ਐਕਟ 'ਚ ਗ੍ਰਿਫਤਾਰ ਕੀਤਾ। ਕੀ ਇਹਦੇ ਕੋਲੋਂ ਸਰ ਬਰਾਮਦ ਹੋਇਆ? 32 ਬੋਰ ਦਾ 2 32 ਬੋਰ ਦੇ ਪਿਸਟਲ ਬਰਾਮਦ ਹੋਏ ਅਤੇ ਜ਼ਿੰਦਾ ਕਾਰਤੂਸ ਸੀਗਾ। ਅਤੇ ਕੀ ਲੱਗਦਾ ਵੀ ਇਹ ਕੀ ਇੱਥੇ ਵਾਰਦਾਤ ਕਿਸ ਤਰ੍ਹਾਂ ਦੀ? ਵਾਰਦਾਤ ਇਹੀ ਸੀਗੀ ਕਿ ਜਦ ਕੋਈ ਉੱਥੇ ਜਾਏ ਕੋਰਟ ਦੀ ਪੇਸ਼ੀ 'ਚ ਅਤੇ ਕੋਈ ਵਾਰਦਾਤ ਕਰਨ ਦੀ ਫਿਰਾਕ ਸੀਗਾ। ਅਤੇ ਰੈਕੀ ਇਹਨੇ ਕਿਸ ਥਾਂ 'ਤੇ ਕੀਤੀ? ਰੈਕੀ ਅਨੰਦਪੁਰ ਸਾਹਿਬ ਹੋ ਗਿਆ, ਮੋਹਾਲੀ ਹੋ ਗਿਆ, ਚਮਕੌਰ ਸਾਹਿਬ ਹੋ ਗਿਆ, ਅਤੇ ਰੂਟ ਦੇਖ ਰਿਹਾ ਸੀ ਕਿਸ ਕਿਸ ਰੂਟ ਤੋਂ ਪੁਲਿਸ ਲੈ ਕੇ ਜਾਂਦੀ ਹੈ। ਇਹਨਾਂ ਦੀ ਗੈਂਗ ਵਿੱਚ ਕਿੰਨੇ ਕੁ ਬੰਦੇ ਸੀ ਸਰ ਅਤੇ ਹੁਣ ਕੀ ਸਟੇਟਸ ਹੈਗਾ? ਹੁਣ ਤਾਂ ਐਕਟਿਵ ਮੈਂਬਰ ਤਾਂ ਇਹਨਾਂ ਦੇ 8-9 ਸੀਗੇ, ਸਾਰੇ ਅੰਦਰ ਹੈ ਅਲੱਗ ਅਲੱਗ ਜੇਲ੍ਹਾਂ 'ਚ, ਸਿਰਫ ਇਹੀ ਸੀਗਾ ਜਿਹੜਾ ਬਾਹਰ ਸੀਗਾ। 3 ਪਰਚਿਆਂ 'ਚ ਮਰਡਰ ਅਟੈਂਪਟ ਟੂ ਮਰਡਰ 'ਚ PO ਵੀ ਹੈ ਅਤੇ 2 ਹੋਰ ਪਰਚਿਆਂ ਜਿਹਨਾਂ 'ਚ ਵਾਂਟਡ ਹੈ ਅੰਮ੍ਰਿਤਸਰ ਅਤੇ ਤਰਨ ਤਾਰਨ। ਕਿਸ ਤਰ੍ਹਾਂ ਦੀ ਪ੍ਰੋਫਾਈਲ ਹੈਗੀ ਜੀ? ਪ੍ਰੋਫਾਈਲ 31 ਸਾਲ ਦਾ ਹੈ, ਪੜ੍ਹਾ ਲਿਖਿਆ ਜ਼ਿਆਦਾ ਨਹੀਂ ਹੈ ਅਤੇ ਗੋਲੀਆਂ ਵੀ ਲੱਗੀ। ਕੁਰਾਲੀ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TVNRI।